बापू कहिंदे कहिंदे चन्नी ने काम बहुत कीते कहिंदे चन्नी कर दित्ता काम ने किहड़े उहने वादे पूरे करते करे ने कोई ओह कहिंदे सारे मसले हल हो गए लै मसले हल हो गए रिश्तेदार दा सारे फाड़ ले उहदे पैसियां च चन्नी दे साडे स्कूल दा कहिंदे वी उधर स्कूल करावांगे असीं इत्थे वादा करके गया सी मुड़ के मुंह भी नहीं दिखाया उहने नशे दा लक टुट गया लक वधिया लक कित्थों टुट गया साढ़े चार पांच थावें पोलां ते दारू आउंदी ते जिहड़ा कहिंदा वी घर घर नौकरी देती हां तां बहुत देती सानूं तां बाबा जी थोड़े हल्के तों भगवंत मान नूं उम्मीदवार तारता किवें लग्गिया भगवंत मान नूं आम आदमी पार्टी ने मुख्यमंत्री आदि चेहरा लाण तां थोड़ा एमपी है किवें लगदा ठीक है ठीक है ठीक है फर्क हुण हां जी फर्क तां पऊगा धूरी दे विचों फिर ऐतकी कि धूरी वाले किहनूं चाहुंदे आ धूरी वालां दा की मान है ਧੂਰੀ ਵਾਲੇ ਤਾਂ ਭਗਵੰਤ ਮਾਨ ਨੂੰ ਜਾਣਗੇ ਭਗਵੰਤ ਮਾਨ ਚਾਹੁੰਦੇ ਹਾਂਜੀ ਹਾਂਜੀ ਤੇ ਗੋਲਡੀ ਦਾ ਕੀ ਬਣੋ ਫਿਰ ਗੋਲਡੀ ਦਾ ਤਾਂ ਕੀ ਬਣਨਾ ਜੀ ਗੋਲਡੀ ਤਾਂ ਫਿਰ 5 ਸਾਲ ਕਰ ਗਿਆ ਉਹਦੇ ਪੂਰੇ ਕਰ ਗਿਆ ਹਾਂ ਸਾਡੀ ਪੂਰੀ ਸਪੋਰਟ ਹੈ ਜੀ ਸਾਡੀ ਭਗਵੰਤ ਮਾਨ ਨੂੰ ਭਗਵੰਤ ਮਾਨ ਹਾਂ ਜਦੋਂ ਦੇ ਸ਼ੁਰੂ ਹੋਇਆ ਤੁਸੀਂ ਝਾੜੂ ਪਾਰਟੀ ਨੂੰ ਵੋਟ ਪਾਉਣੇ ਹੁਣ ਵੀ ਕੰਮ ਕੀਤਾ ਭਗਵੰਤ ਮਾਨ ਨੇ ਭਗਵੰਤ ਮਾਨ ਨੇ ਉਰੇ ਸਕੂਲ ਨੂੰ ਗ੍ਰਾਂਟ ਵਗੈਰਾ ਦਿੱਤੀਆਂ ਨੇ ਜਿੰਨਾ ਐਮਪੀ ਬਣ ਰਹੀ ਸਕੂਲ ਨੂੰ ਆਇਆ ਹੋਰ ਉਸ ਦੇ ਵਿੱਚ ਆਇਆ ਜੀ ਵਧੀਆ ਉਹਨਾਂ ਨੇ ਹੁਕਰ ਹੀ ਆ ਸਾਡੀ ਫੁੱਲ ਸਪੋਰਟ ਹੋਊਗੀ ਜੀ ਫੁੱਲ ਸਪੋਰਟ ਹੋਊਗੀ ਹਾਂ ਭਗਵੰਤ ਮਾਨ ਨੂੰ ਤਾਰਤਾ ਤੁਹਾਡੇ ਹਲਕੇ ਤੋਂ ਕਿਵੇਂ ਲੱਗਦਾ ਠੀਕ ਹੈ ਠੀਕ ਸਪੋਰਟ ਕਿਵੇਂ ਰਹੂਗੀ ਭਗਵੰਤ ਮਾਨ ਦਾ ਜਦ ਮਰਜ਼ੀ ਲੈ ਜਾਓ ਵਿਕਾਸ ਹੋ ਜੂਗਾ ਧੂਰੀ ਸ਼ਹਿਰ ਦਾ ਵਿਕਾਸ ਨੀ ਹੋ ਰਿਹਾ ਹਾਂ ਸੀਐਮ ਦਾ ਚਿਹਰਾ ਹੈਗਾ ਹੁਣ ਉਹ ਆਇਆ ਵੀ ਜਿਹੜੀ ਸਾਡੀ ਬੀਹੀ ਹੈ ਇਹ ਕਹਿੰਦੇ ਪਹਿਲਾਂ ਤੋਂ ਇਹ ਗੱਲ ਕਹਿੰਦੇ ਤੇ ਵੀ ਇਹਨੂੰ ਝਾੜੂ ਵਾਲੇ ਬਣਾਉਣਗੇ ਪਹਿਲੋ ਵਿਕਾਸ ਆ ਕਹਿੰਦੇ ਆ ਵੀ ਕਹਿੰਦੇ ਜੇ ਅਸੀਂ ਆਖਿਆ ਵੀ ਬੀਹੀ ਬਣਾ ਦੋ ਕਹਿੰਦੇ ਜੀ ਇਹ ਆਮ ਪਾਰਟੀ ਵਾਲੇ ਬਣਾਉਣਗੇ ਜਿਵੇਂ ਪਹਿਲਾਂ ਹੁਣ ਕਾਂਗਰਸ ਕਹਿੰਦੀ ਸੀ ਅਸੀਂ ਤਾਂ ਘਰ ਘਰ ਨੌਕਰੀ ਦਿੱਤੀ ਸੀ ਦੇਖ ਕੇ ਗਏ ਨੇ ਉਹ ਕਹਿੰਦੇ ਖਰੀ ਕਿੰਨੇ 18-20 ਲੱਖ ਰੁਪਇਆ ਲੱਗੂ ਕਹਿੰਦੇ ਲੱਗਣਾ ਨੀ ਵੱਡੀ ਆ ਕਹਿੰਦੇ ਹਾਂ ਪੈਨਸ਼ਨਾਂ ਵੀ ਮਿਲਣ ਲੱਗ ਗਿਆ ਰਿਟਾਇਰਮੈਂਟ ਹੋ ਗਈ ਨਾ ਸਰਵਿਸ ਪੂਰੀ ਹੋ ਗਈ 5 ਸਾਲਾਂ 'ਚ ਇੱਕ ਗੱਲ ਹੋਰ ਦੱਸਿਓ ਸਾਰਿਆਂ ਦੇ ਕਰਦੇ ਇੱਕ ਗੱਲ ਹੋਰ ਦੱਸਿਓ ਇੱਕ ਨਹੀਂ ਸੀ ਚਿੱਟਾ ਖਤਮ ਕਰਤਾ ਲੱਕ ਤੋੜਤਾ ਕੈਪਟਨ ਸਾਹਿਬਾਂ ਦੇ ਚਿੱਟਾ ਦਾ ਇਹ ਦੱਸਦੇ ਨੇ ਵੀ ਲਾਉਂਦੇ ਕਿਵੇਂ ਹੁੰਦੇ ਨੇ ਇੱਕ ਗੱਲ ਜੀ ਸਾਡੇ ਪਿੰਡ 'ਚ ਬਹੁਤ ਥੋੜਾ ਹਾਂਜੀ ਚਿੱਟੇ ਦਾ ਸਾਡੇ ਪਿੰਡ 'ਚ ਇੰਨਾ ਰੁਝਾਨ ਨਹੀਂ ਹੈ ਵਿਕਾਸ ਨਹੀਂ ਹੈਗਾ ਪਰ ਊਂ ਆ ਵਿਕਾਸ ਨਹੀਂ ਹੋਇਆ ਜਿੱਥੇ ਅਸੀਂ ਖੜੇ ਆਂਗੇ ਇੱਥੇ ਹੁਣ ਬੁੜੇ ਉੜਕ ਉੜਕ ਗਿਰਦੇ ਨੇ ਜੋ ਆਹ ਰਾਹ ਤੇ ਜਾਂਦੇ ਨੇ ਗੋਲਡੀ ਤਾਂ ਕਹਿੰਦਾ ਬਹੁਤ ਵਿਕਾਸ ਕੀਤਾ ਉਰੇ ਨਾਲ ਲਿਆਉਂਦੇ ਫਿਰ ਪਤਾ ਲੱਗ ਜਾਂਦਾ ਨਾਲ ਲਿਆਉਂਦੇ ਪਤਾ ਲੱਗ ਜਾਂਦਾ ਵੀ ਵਿਕਾਸ ਹੁਣ ਇਹ ਦਿਖਾ ਦਿਓ ਇੱਧਰ ਦੀ ਕਰਕੇ ਵੀ ਕੀ ਹੈਗਾ ਦੇਖ ਲਓ ਪਾਣੀ ਕਿੱਦੇ ਬੀਜਿਆ ਕਰਾਂਗੇ ਜਿੱਥੇ ਆਵਾਂਗੇ ਡੋਡੇ ਬੀਜਿਆ ਕਰਾਂਗੇ ਆਪਦੇ ਬਿਸਵਾ ਬਿਸਵਾ ਅੱਛਾ ਹਾਂ ਕਿੱਥੇ ਖੇਤ 'ਚ ਆਪਦੇ ਜਾ ਹਾਂ ਕਿਵੇਂ ਹੱਥਾਂ ਨਾਲ ਬੀਜਾਂਗੇ ਜਿਵੇਂ ਵੋਟ ਪਾਵਾਂਗੇ ਅੱਛਾ ਹਾਂ ਪੱਕੀ ਉਹਦਾ ਕੀ ਫਾਇਦਾ ਕਿਉਂ ਫਾਇਦਾ ਕੰਮ ਕਰਾਉਂਦੀ ਹੈ ਅੱਛਾ ਚਿੱਟੇ ਚੁੱਟੇ ਕੀ ਕਰਾਉਣਗੇ ਸਾਤੋਂ ਉਹ ਫਾਇਦਾ ਕਰਦੀ ਹੈ ਉਹ ਫਾਇਦਾ ਬੁੜਾ ਦੇਗਾ ਹਟ ਜਾਂਦਾ ਪਾਲਾ ਹਟ ਜਾਂਦਾ
ਤੇ ਨਾਲੇ ਕਹਿੰਦੇ ਵੀ ਉਹ ਤਾਂ ਉਹ ਵੀ ਨਸ਼ਾ ਹੈ ਨਸ਼ਾ ਕੋਈ ਨਹੀਂ ਹੈਗਾ ਕੰਮ ਹੈ ਉਹ ਨਸ਼ਾ ਤੋਂ ਵਧੀਆ ਹੈ ਹੋਰ ਨਸ਼ਾ ਤੋਂ ਵਧੀਆ ਠੀਕ ਹੈ ਉਹ ਚੰਗੀ ਹੈ ਅੰਦਰ ਵੀ ਬਾਬੇ ਬੈਠੇ ਗੱਲਬਾਤ ਕਰਦਾ ਕਿਵੇਂ ਆ ਜੀ ਭਗਵੰਤ ਮਾਨ ਨੂੰ ਹੁਣ ਤੁਹਾਡੇ ਇੱਥੇ ਉਮੀਦਵਾਰ ਤਾਰਤਾ ਕੀ ਮਾਹੌਲ ਹੈ ਠੀਕ ਹੈ ਜੀ ਵਧੀਆ ਵਧੀਆ ਕਿਵੇਂ ਆ ਜਿੱਤੂਗਾ ਦੇਖੋ ਹੈ ਜਿੱਤੂ ਤਾਂ ਸਹੀ ਹੈ ਹੈ ਜਿੱਤੂ ਤਾਂ ਸਹੀ ਹੈ ਅੱਛਾ